ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾੜੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜਸ ਕੈਮਰੇ ਦੀ ਨਜ਼ਰ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਰਸਾਉਣ ਦੀ ਕੀ ਕੁਝ ਵਾਪਰਿਆ ਨੌਰਥ ਅਮਰੀਕਾ ਦੇ ਵਿੱਚ ਔਰ ਕੀ ਕੁਝ ਕੈਦ ਹੋਇਆ ਸਾਡੇ ਕੈਮਰੇ ਦੇ ਵਿੱਚ। ਬੀਤੇ ਦਿਨੀ ਮੈਰੀਲੈਂਡ ਸਟੇਟ ਵਿਖੇ ਜਲਿਆਂਵਾਲਾ ਬਾਗ ਦੇ 100 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪਹੁੰਚੇ ਕੀ ਨੋਟ ਸਪੀਕਰ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ, ਸਾਡੇ ਡਾਇਰੈਕਟਰ ਬ੍ਰੌਡਕਾਸਟਿੰਗ ਹਰਵਿੰਦਰ ਰਿਆੜ ਅਤੇ ਨਾਲ ਹੀ ਪ੍ਰੋਫੈਸਰ ਕਸ਼ਮੀਰ ਸਿੰਘ ਅਤੇ ਡਾਕਟਰ ਵਰਿਆਮ ਸਿੰਘ ਸੰਧੂ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ। ਆਓ ਵੇਖਦੇ ਹਾਂ ਇਹ ਰਿਪੋਰਟ। ਮੇਰੇ ਮਨ ਵਿੱਚ ਜਿਹੜੀ ਪਹਿਲੀ ਗੱਲ ਆਉਂਦੀ ਹੈ ਕਿ ਸ਼ਹੀਦ ਸ਼ਾਇਦ ਜਦੋਂ ਸ਼ਹੀਦ ਹੁੰਦਾ ਹੈ ਤੇ ਉਹਦੇ ਮਨ ਵਿੱਚ ਕੁਝ ਸੁਪਨੇ ਆਉਂਦੇ ਨੇ। ਰੰਗੋ ਸੇ ਨਹੀਂ ਤੋ ਮੇਰੇ ਲਹੂ ਸੇ ਭਰ ਦੇ, ਰੰਗੋ ਸੇ ਨਹੀਂ ਤੋ ਮੇਰੇ ਲਹੂ ਸੇ ਭਰ ਦੇ, ਯਾ ਖੁਦਾ ਇਸ ਜਹਾਨ ਮੇ ਰੰਗੀਨੀਆਂ ਭਰ ਦੇ। ਜਦੋਂ ਸ਼ਹੀਦ ਸ਼ਹੀਦ ਹੁੰਦਾ ਹੈ ਤੇ ਸ਼ਾਇਦ ਉਹਦੇ ਮਨ ਵਿੱਚ ਇਹੋ ਹੀ ਸੁਪਨਾ ਹੁੰਦਾ ਹੈ ਕਿ ਜਿਹੜੇ ਮਕਸਦ ਵਾਸਤੇ ਉਹ ਸ਼ਹੀਦ ਹੋਇਆ ਉਹ ਲੋਕਾਂ ਦੀ ਜ਼ਿੰਦਗੀ ਵਿੱਚ ਰੰਗੀਨੀਆਂ ਭਰਨ ਦਾ ਮੌਸਮ ਹੀ ਹੋਵੇਗਾ। ਪਰ ਉਹਨਾਂ ਦੇ ਸੁਪਨੇ ਦਾ ਬਣਦਾ ਕੀ ਹੈ ਤੇ ਬਣਿਆ ਕੀ ਹੈ? ਦੋਸਤ ਕਹਿ ਕੇ ਗਏ ਨੇ ਮੈਨੂੰ, ਮਿਰਜ਼ਾ ਗਾਲਬ ਹੋਰਾਂ ਦਾ ਸ਼ੇਰ ਯਾਦ ਆਉਂਦਾ ਹੈ ਕਿ ਅੱਜ ਸਥਿਤੀ ਕੁਝ ਇਸ ਤਰ੍ਹਾਂ ਦੀ ਹੈ ਕਿ ਕੋਈ ਉਮੀਦ ਬਾਹਰ ਨਹੀਂ ਆਤੀ, ਕੋਈ ਉਮੀਦ ਬਾਹਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ, ਆਗੇ ਆਤੀ ਥੀ ਹਾਲ ਦਿਲ ਪੇ ਹੰਸੀ, ਅਬ ਕਿਸੀ ਬਾਤ ਪੇ ਨਹੀਂ ਆਈ। ਗੱਲ ਅਸਲ ਇਹ ਹੈ ਕਿ ਜਦੋਂ ਅਸੀਂ ਅੱਜ ਇਕੱਠੇ ਹੋਏ ਹਾਂ ਤਾਂ ਪਹਿਲੇ ਨੰਬਰ 'ਤੇ ਤਾਂ ਅਸੀਂ ਇਕੱਤਰ ਹੋਏ ਹੈ ਉਹਨਾਂ ਬੇਨਾਮ ਸ਼ਹੀਦਾਂ ਨੂੰ ਆਦਾਬ ਕਰਨ ਲਈ, ਉਹਨਾਂ ਨੂੰ ਯਾਦ ਕਰਨ ਲਈ, ਉਹਨਾਂ ਦੀਆਂ ਭੁੱਲੀਆਂ ਵਿਸਰੀਆਂ ਹਸਤੀਆਂ ਨੂੰ ਆਪਣੇ ਅੰਦਰੋਂ ਜਗਾਉਣ ਲਈ। ਉਹਨਾਂ ਨੇ ਬਗੈਰ ਕਿਸੇ ਲਾਲਚ ਦੇ, ਬਗੈਰ ਕਿਸੇ ਖਾਸ ਅਹੁਦੇ ਦੀ ਪ੍ਰਾਪਤੀ ਦੀ ਸੋਚ ਦੇ ਆਪਣੀਆਂ ਜਾਨਾਂ ਦਿੱਤੀਆਂ। ਔਰ ਅੱਜ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ, ਜੇ ਜਲਿਆਂਵਾਲਾ ਬਾਗ ਦੇ ਵਿੱਚ ਜਾਓ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਖੂਨ ਉਹਨਾਂ ਘਾਹ ਦੀਆਂ ਤਿੜਾਂ ਵਿੱਚੋਂ ਉਵੇਂ ਜਿਵੇਂ ਬੋਲ ਰਿਹਾ ਹੈ। ਉਹ ਖੂਹ ਉਸੇ ਤਰ੍ਹਾਂ ਸਾਨੂੰ ਦੱਸ ਰਿਹਾ ਹੈ ਕਿ ਇੱਥੇ ਕੀ ਵਾਪਰ ਰਿਹਾ ਹੈ। ਸਾਨੂੰ ਹਿੰਦੀ ਆਖਿਆ ਭਾਈ ਭਗਵਾਨ ਸਿੰਘ ਬਾਰੇ, ਉਹਨਾਂ ਦੀ ਲਿਖਿਆ ਹਿੰਦੂ ਪੋਇਟ, ਸਾਰੀਆਂ ਅਖਬਾਰਾਂ ਨੇ ਹਿੰਦੂ ਫਰੀਡਮ ਫਾਈਟਰ ਦੀ ਇਹ ਲਿਖਿਆ। ਸੋ ਉਹਦੇ ਤਾਰਕ ਨਾਥ ਦਾਸ ਜਿਹੜਾ 22 ਮਹੀਨੇ ਦੀ ਜਿਹੜੀ ਹਿੰਦੂ ਕੰਸਪੈਰੇਸੀ ਕੇਸ ਦੇ ਵਿੱਚੋਂ ਸਜ਼ਾ ਭੁਗਤ ਕੇ ਉਹ ਜਿਹੜਾ ਸੀ ਜੇਲ੍ਹ, ਅਮਰੀਕਾ ਦੀ ਜੇਲ੍ਹ ਜਿਹੜੀ 4 ਜੂਨ ਬਾਅਦ ਉਹਦੇ ਚੋਂ ਰਿਹਾ ਹੋ ਕੇ ਤਾਜ਼ਾ ਤਾਜ਼ਾ ਆਇਆ ਸੀ, ਤਾਂ ਇੱਕ ਉਹਨਾਂ ਦੇ ਨਾਲ ਸੀ ਬਸੰਤ ਅਖਬਾਰ। ਇਹ ਉਹਨਾਂ ਦੇ ਅਖਬਾਰ ਦਾ ਸੰਪਾਦਕੀ ਬੋਰਡ ਦੇ ਵਿੱਚ ਸੀਗਾ, ਜਿਹੜੀ ਫਰੈਂਡਸ ਫਰੀਡਮ ਫਾਰ ਇੰਡੀਆ ਦੇ ਨਿਊਯਾਰਕ ਦੇ ਉੱਤੋਂ ਮਿਸ ਐਗਰੀ ਸਮੈਟ ਜੀ ਨੇ ਕੱਢਦੇ ਸੀ। ਗੂੜੇ ਅੱਖਰਾਂ ਵਿੱਚ ਖਣਵਾ ਦਿੱਤਾ, ਜਲਿਆਂਵਾਲੇ ਬਾਗ ਦਾ ਨਾਂ ਸ਼ਹੀਦਾਂ ਨੇ, ਗੂੜੇ ਅੱਖਰਾਂ ਵਿੱਚ ਖਣਵਾ ਦਿੱਤਾ, ਬੰਜਰ ਧਰਤੀ ਨੂੰ ਖੂਨ ਦਾ ਦੇ ਪਾਣੀ, ਬੂਟਾ ਇਨਕਲਾਬ ਦਾ ਵਾ ਦਿੱਤਾ। ਬਾਗ ਬਿਆ ਪਿੱਛੋਂ ਅੰਮ੍ਰਿਤਸਰ ਆਣ ਸੁਲਗਦੀ ਸੁਲਗਦੀ ਹੌਲੀ ਹੌਲੀ ਵਾਟ ਵਰਿਆਂ ਪਿੱਛੋਂ ਅੰਮ੍ਰਿਤਸਰ ਆਣ ਪੁੱਜੀ, ਸੈਂਕੜੇ ਲਾਸ਼ਾਂ, ਹਜ਼ਾਰਾਂ ਜ਼ਖਮੀ, ਚੀਕਾਂ ਕੁਰਲਾਟਾਂ, ਭਗਦੜ ਇੰਨੀ ਕਿ ਖੂਹ ਵੀ ਭਰਿਆ, ਇੱਕੋ ਇੱਕ ਗਲੀ ਅੰਦਰ ਵੜਨ ਤੇ ਬਾਹਰ ਜਾਣ ਲਈ, ਬਾਕੀ ਸਭ ਪਾਸੇ ਕੰਧਾਂ ਹੀ ਕੰਧਾਂ, ਭੱਜੇ ਵੀ ਤਾਂ ਕੋਈ ਕਿੱਧਰ ਭੱਜੇ। ਭਾਈ ਸਹਿਰਾ ਹੋਣੀ ਜਾਂ ਹੋਰ ਜਿਹੜੇ ਸਾਡੇ ਪ੍ਰਬੰਧਕ ਆ, ਉਹਨਾਂ ਨੇ ਇਹ ਜਲਿਆਂਵਾਲੇ ਬਾਗ ਤੇ ਪ੍ਰੋਗਰਾਮ ਨੂੰ ਉਲੀਕਿਆ। ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਆਪਣੇ ਖੂਨ ਨੂੰ
ਉੱਥੇ ਡੋਲਿਆ ਸੀ, ਉਸ 'ਤੇ ਲੋਕਾਂ ਦੇ ਹੱਥੀਂ ਫੜਾ ਦਿੱਤੀ। ਉਹ ਵੀ ਇਨਸਾਨ ਸਨ ਜਿਨ੍ਹਾਂ ਦੇ ਸਿਰ ਦੇ ਮੁੱਲ ਪੈਂਦੇ ਸਨ। ਲੋਭੀਆਂ ਨੇ ਹੂੰਝ ਕੇ ਸਿਰਾਂ ਦੀ ਫਸਲ ਮੰਡੀ ਪਾਇਆ ਸੀ। ਅਤੇ ਬਹੁਤ ਬਹੁਤ ਮੁਬਾਰਕਬਾਦ। ਨਾਲੇ ਸਭ ਤੋਂ ਅੱਜ ਜਿਹੜੀ ਵੱਡੀ ਗੱਲ ਹੈ ਕਿ ਸਾਡੇ ਵਿੱਚ ਸਾਡੀ ਕਮਿਊਨਿਟੀ ਦੀਆਂ ਮਹਾਨ ਸ਼ਖਸੀਅਤਾਂ ਆਈਆਂ ਨੇ, ਬੁਲਾਰੇ ਆਏ ਹੋਏ ਨੇ, ਰਾਈਟਰਸ ਆਏ ਹੋਏ ਨੇ, ਕਵੀ ਆਏ ਹੋਏ ਨੇ, ਜਿਹਨਾਂ ਨੂੰ ਅੱਜ ਸਾਨੂੰ ਇੱਕ ਸਟੇਜ ਤੋਂ ਸੁਣਨ ਦਾ ਮੌਕਾ ਮਿਲ ਰਿਹਾ ਹੈ। ਸਾਡੇ ਕੋਲ ਸਰਦਾਰ ਨਰਿੰਦਰ ਸਿੰਘ ਜੀ ਕੇਸੀ ਪਹੁੰਚੇ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੇਰਾ ਬੜਾ ਹੀ ਆਈ ਵਾਜ਼ ਆਨਰਡ ਕਿ ਉਹਨਾਂ ਨੂੰ ਕੱਲ੍ਹ ਮੈਂ ਮਿਲਿਆ, ਉਹਨਾਂ ਨਾਲ ਗੱਲਬਾਤ ਹੋਈ। ਕਸ਼ਮੀਰ ਸਿੰਘ ਸੰਧੂ ਜੀ ਆਏ ਹੋਏ ਨੇ ਕੈਲੀਫੋਰਨੀਆ ਤੋਂ, ਸਾਡੇ ਕੋਲ ਵਰਿਆਮ ਸਿੰਘ ਜੀ ਸੰਧੂ ਆਏ ਹੋਏ ਨੇ, ਅਤੇ ਮੇਰੇ ਦੋਸਤ, ਮੇਰੇ ਭਰਾ ਹਰਵਿੰਦਰ ਰਿਆਲ ਜਸ ਪੰਜਾਬੀ ਤੋਂ, ਜਿਹੜੀ ਕਿ ਸਾਡੇ ਨੈਸ਼ਨਲ ਲੈਵਲ ਦੇ ਇੱਥੇ ਅਮੈਰੀਕਾ ਦੇ ਐਂਕਰ ਨੇ, ਇਹਨਾਂ ਦਾ ਮੁੱਦਾ ਪ੍ਰੋਗਰਾਮ ਦੇ ਸਾਰੇ ਸੁਣਦੇ ਨੇ, ਔਰ ਸ਼ਖਸੀਅਤ ਵੀ ਬਹੁਤ ਹੀ ਜ਼ਬਰਦਸਤ ਨੇ। ਅਤੇ ਰਿਆਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਨਾਲ ਹੀ ਉਹਨਾਂ ਸ਼ਖਸੀਅਤਾਂ ਦੇ ਸੁਣ ਸਕੀਏ ਜਿਹੜੀਆਂ ਵੱਖ ਵੱਖ ਸਟੇਟਾਂ ਤੋਂ ਆਏ ਆ, ਕੁਝ ਇੰਡੀਆ ਤੋਂ ਆਏ ਆ। ਸੋ ਸੁਖਪਾਲ ਸਿੰਘ ਧਨੋਵਾ ਜੀ, ਉਸਦੇ ਘਰ ਵਾਲਿਆਂ ਨੂੰ ਪਤਾ ਨਹੀਂ ਲੱਗਾ ਉਹ ਕਿੱਥੇ ਗਿਆ। ਕੁਛ ਦਿਨ ਬਾਅਦ ਉਹਦੀ ਬੇਟੀ ਦੀ ਸ਼ਾਦੀ ਸੀ, ਉਹਨਾਂ ਨੇ ਸ਼ਾਦੀ ਕੀਤੀ ਅੱਗੇ ਨਾ ਭਾਈ, ਪਰ ਇੰਨਾ ਕੀਤਾ ਕਿ ਜਿਹੜਾ ਜਲਿਆਂਵਾਲੇ ਬਾਗ ਦਾ ਜਿਹੜਾ 100 ਸਾਲਾ ਖੂਨੀ ਸਾਕਾ ਆ, ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਤੇ ਆਪਣੀ ਆਪਣੀ ਰਾਏ ਦਿਓ। ਸਾਡੇ ਇੱਥੇ 5-7 ਗਰੁੱਪ ਹੈਗੇ, ਮੈਂ 5-7 ਗਰੁੱਪਾਂ ਦੇ ਵਿੱਚ ਇਹ ਮੈਸੇਜ ਪਾ ਦਿੱਤਾ ਅਤੇ ਉਹਦੇ ਵਿੱਚ ਬਹਾਦਰ ਸਿੰਘ ਮਾਨ, ਅਮਰਿੰਦਰ ਸਿੰਘ ਕਾਕਾ, ਇੱਕ ਮਹਿਤਾਬ ਸਿੰਘ, ਦਲਬੀਰ ਸਿੰਘ ਜੀ, ਉਹਨਾਂ ਨੇ ਰਿਸਪੋਂਸ ਦਿੱਤਾ ਅਤੇ ਉੱਦਾਂ ਜ਼ਬਾਨੀ ਕਲਾਮੀ ਬਹੁਤ ਜਿਹੜੇ ਬੰਦੇ ਸੀ ਉਹਨਾਂ ਨੇ ਕਿਹਾ ਵੀ ਇਹ ਜ਼ਰੂਰ ਹੋਣਾ ਚਾਹੀਦਾ। ਅਤੇ ਜਦੋਂ ਪਹਿਲੀ ਮੀਟਿੰਗ ਰੱਖੀ ਅਤੇ ਉਹਦੇ ਵਿੱਚ 30 ਮੈਂਬਰ ਜਿਹੜੇ ਸਾਡੇ ਹਾਜ਼ਰ ਹੋਏ ਅਤੇ ਜਿਹੜੀ ਬੜੀ ਬਹੁਤ ਵਧੀਆ ਗੱਲ ਸੀ। ਫਿਰ ਗੱਲ ਚੱਲ ਪਈ ਵੀ ਕਿਹਨੂੰ ਕਿਹਨੂੰ ਸੱਦਣਾ। ਸਹਿਰਾਜ ਸਾਹਿਬ, ਸੋਹਲ ਸਾਹਿਬ ਦੇ ਨਾਲ ਲਗਾਤਾਰ ਟੱਚ ਰਹਿ ਕੇ ਅਤੇ ਇਹ ਫੈਸਲਾ ਹੋਇਆ ਵੀ ਵਰਿਆਮ ਸਿੰਘ ਸੰਧੂ ਜੀ, ਨਿਰੰਜਨ ਸਿੰਘ ਢੇਸੀ ਸਾਹਿਬ ਜਿਹਨਾਂ ਨੂੰ ਮੈਂ ਗੁਰੂ ਜੀ ਵੀ ਕਹਿੰਦਾ, ਗਰੇਵਾਲ ਸਾਹਿਬ ਅਤੇ ਰਿਆਲ ਸਾਹਿਬ, ਕਸ਼ਮੀਰ ਕਾਂਗੜਾ ਨੇ ਤਾਂ ਖੈਰ ਹੋਣਾ ਹੀ ਸੀਗਾ ਅਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਏਕਲ ਵਿਦਾਲੇ ਫਾਊਂਡੇਸ਼ਨ ਨੇ ਸੁਰਲੀ ਸ਼ਾਮ ਏਕਲ ਕੇ ਨਾਮ ਦਾ ਇੱਕ ਪ੍ਰੋਗਰਾਮ ਬਾਲਟੀਮੋਰ ਹਿੰਦੂ ਜੈਨ ਟੈਂਪਲ ਵਾਸ਼ਿੰਗਟਨ ਵਿਖੇ ਕਰਾਇਆ ਗਿਆ। ਕੀ ਕੁਝ ਕੈਦ ਹੋਇਆ ਸਾਡੇ ਕੈਮਰੇ ਦੇ ਵਿੱਚ, ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। Dr. Ashok Narang, and we are here for a very noble cause to raise money for Ekal Vidyalayas. These are schools in the remote villages and in the tribal areas for education of small children who have no access to formal education. Mera naam hai Krishan Singhal aur ye hai Savita Singhal, aur hum dono ko Ekal Vidyalaya ke bare mein pata laga aur bahut acha laga aur uske baad se hum ਏਕਲ ਵਿਦਿਆਲਿਆ ਕੇ ਸਾਥ ਅਟੈਚ ਹੋ ਰਹੇ ਹੈ ਔਰ ਅੱਜ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਕੀਆ। ਮਿਊਜ਼ਿਕ ਕਾ ਐਸਾ ਬੜੀਆ ਪ੍ਰੋਗਰਾਮ ਅਭੀ ਹਾਲ ਮੇਂ ਹਮਨੇ ਕਭੀ ਦੇਖਾ ਹੀ ਨਹੀਂ ਹੈ। ਮੈਂ ਸੁਧੀਰ ਸਿਕਸਾਰੀਆ, ਮੈਂ ਇੱਥੇ ਡਾਕਟਰ ਹੈਗਾ ਅਤੇ ਵਨ ਆਫ ਦਾ ਔਰਗਨਾਈਜ਼ਰ ਇੱਥੇ ਏਕਲ ਵਿਦਿਆਲਿਆ ਦੇ ਵਿੱਚ। ਮੈਂ ਵੈਸੇ ਓਰੀਜਨਲੀ ਬਾਬਾ ਜੀ ਦੀ ਨਗਰੀ ਅੰਮ੍ਰਿਤਸਰ ਤੋਂ ਹੈਗਾ, ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਪੜ੍ਹਿਆ ਅਤੇ ਮੈਂ ਤੁਹਾਨੂੰ ਇੱਕ ਬਹੁਤ ਨੋਬਲ ਕੌਜ਼ ਦੇ ਬਾਰੇ ਦੱਸਣਾ ਚਾਹੁੰਦਾ। $365 ਇਨ ਅ ਈਅਰ ਸਪੋਰਟਸ ਵਨ ਸਕੂਲ, a single teacher school which gives education to 30 children in the very very tribal rural villages of India which have no resources, no schools, no roads. So this project was started 30 years ago. Again, I will repeat, $1 a day supports 30 schools, 30 kids. ਬਹੁਤ ਹੀ ਬੇਸਿਕ ਚੀਜ਼ ਕੋ ਸਪੋਰਟ ਕਰ ਰਹੇ ਹੈ ਜਿਸਕੇ ਲੀਏ
फ्यूचर क्या होगा ये आप अभी नहीं जानते शायद, पर कम से कम आंख बंद करके इतना विश्वास करिए कि यदि आपने इन बच्चों को सपोर्ट नहीं किया, यदि आपने स्कूल के लिए पैसे नहीं दिए, तो बाकी के जो प्रोजेक्ट्स हैं एकल विद्यालय के विलेज में स्कूल चालू होने के बाद में जो सीट किए जाते हैं वो प्रोजेक्ट्स विलेज में नहीं आ सकते। वी आर सो हैप्पी टू बी हियर, दिस इज अ वंडरफुल वंडरफुल कॉज, वी हैव ऑल डन वेरी वेल इन दिस कंट्री एंड आई थिंक दिस इज हाई टाइम दैट वी गिव बैक टू आवर कंट्री, to our country India, and this is the most wonderful way of doing it. So we're very proud of this cause and very happy to be here. President Donald Trump ate first lady ne dinner program rakhya jide vich national service of prayer hoi si gi, jis vich pahunche Jasdeep Jassi ate Sajid Tarar ne ki kuch suneha ditta, aao vekhde haan eh report. Main Jasdeep Singh Jassi te mere naal Sajid Tarar saab aj assi White House vich aaye si. Kal assi itthe President Trump naal dinner attend kita te swere aj unhan naal national breakfast si. ते साडा मेन इत्थे असी रिप्रेजेंट कर रहे सी सिख कम्यूनिटी नूं, मुस्लिम कम्यूनिटी नूं, भाईचारे नूं रिप्रेजेंट कर रहे सी। ते साडा अज दा मेन इत्थे आण दा मकसद यही सी कि असी गुरु नानक देव जी दे 550 साल गुरपुरब दी वाइट हाउस विच ओवल ऑफिस विच मनाइए, और उस करके असी इत्थे प्रेजिडेंट ट्रंप नाल, वाइस प्रेजिडेंट पेंस नाल, जैरड कुशनर नाल, ते होर उन्हां दे काफ़ी कैबिनेट दे जिहड़े इत्थे सैकटरीज आए सन सारिआं नाल गल कीती है। ते बहुत उम्मीद है सानू कि असी इस साल वाइट हाउस विच ओवल ऑफिस विच प्रेजिडेंट ट्रंप दे नाल गुरु नानक देव जी दा 550 साल गुरपुरब मनावांगे। मेरा नाम साजिद तारड़ फ्रॉम बाल्टीमोर, मैं मुस्लिम अमेरिकन फॉर ट्रंप द फाउंडर हाँ। असी कल दे आए सी वाशिंगटन डीसी जसदीप सिंह, असी दोए अपनियां कम्यूनिटियां सिख कम्यूनिटी और पाकिस्तानी कम्यूनिटी रिप्रेजेंट कर रहे सा। अज कल रात डिनर सी और अज सुबह असी सारा दिन वाइट हाउस दे विच रहे हैं अपनी कम्यूनिटीज़ की लीडरशिप वास्ते। अज मुख्तलिफ कम्यूनिटीज़ इतने आई हैं सन, सैकटरीज आए सन मुख्तलिफ डिपार्टमेंट्स के, और डोनल्ड ट्रंप साहब ने आप आज आ के स्पीच दी जिद उन्होंने रिलीजियस फ्रीडम के बारे अपनी कमिटमेंट रिवाइज की, और खासकर मुख्तलिफ डिपार्टमेंट्स के रिलीजियस फ्रीडम के बारे गल की गई। अगेन जसदीप साहब ने उत्थे जोर दिता इन्होंने चीज़ों पर कि 550 साल सैलीब्रेशन जाइट हाउस की की कंट्रीब्यूशन होएगी, और जसदीप साहब ने वाइस प्रेजिडेंट्स और डिफरेंट सैकटरीज अपने अपने ख्वाहिशात का इजहार किया, एंड मेरे ख्याल उन्होंने सीरीयस लिया, और वाइट हाउस ने वादा किया कि कोशिश करेंगे कि जितना तो ज़्यादा तो ज़्यादा सिख कम्यूनिटी पार्टिसिपेशन बताया जाए। थैंक यू सो मच। शहीद जसवंत सिंह खालड़ा जिन्हों की धर्मपत्नी परमजीत कौर खालड़ा खडूर साहब हल्के तो चोण मैदान के उन्होंने सपोर्ट करते हुए सिख डायसपोरा नज़र आ रहा है। उन्हों की धी नवकिरण कौर खालड़ा बीते दिन न्यूयॉर्क पहुँचे सन, उत्थे उन्होंने पहुँच के लोगों को संबोधन किया। बलजिंदर सिंह बाजवा अते भाई साहब भाई राजेंद्र सिंह ने इस प्रोग्राम की मेज़बानी की कुछ कहते हुए नवकिरण कौर खालड़ा नज़र आए, आओ वेखते हैं साडे सहयोगी सुखा संघा की यह रिपोर्ट। शहीद कौम का सरमाया होंदे है, शहीद किसी परिवार की परसनल प्रॉपर्टी नहीं होंदे। मेरे फादर साहब ने परिवार लई शहीदी नहीं सी दित्ती, उन्होंने कौम लई शहीदी दित्ती सी, उन्होंने मनुखी हक्कां दे लई शहीदी दित्ती सी। अज जसवंत सिंह खालड़ा तो इंस्पायर हो के मणिपुर कश्मीर ते होर कई थावां ते जिहड़े यंग वकील बच्चे ने ओ उठ के उवें ही डिसअपेयरेंसिस ते उवें ही अनक्लेम्ड बॉडीज़ नूं जिहड़ा आ ओह इनवैसटीगेट कर रहे ने। सो ये एक जिहड़ा दीवा है जो जसवंत सिंह खालड़ा जगा के गए सी, ते एक रोशनी जो ओह पैदा करके गए सी, साडी सारयां दी जिहड़ी मनुखी हक्कां दे पक्की सोच रखण वाले ते स्पैशली खालसा पंथ दी सिख कौम दी ये जिम्मेवारी बनती है कि असी वह शम्मा जिहड़ी आ जगदी रखीए, ते पंजाब दे मुद्दियां ते असी एक मुठ हो के इकट्ठे होइए। किसी भी पार्टी या किसी भी तुसी फलसफे नूं समझ मनदे हो, पर जो पंजाब है उस नूं अज बचाउण दी लोड़ है। ते खडूर साहब दी सीट तो साडे लई ये फैसला लेना कि जेड़ा असी इलैक्शन दे विच आउणा है, क्योंकि सियासी जेड़ा साडा वाह रहा है वह एज अ एक्टिविस्ट रहा, असी सियासतदानां नूं जाणिया है, असी सियासतदानां दे नाल भिड़े भी हाँ,
पर अज तक असी चोन पिंड दे विच नहीं सी आए, पर जदों 24 सालां तक किसी भी पार्टी ने जिहड़ी ओह बंद ही कर दित्ती पंजाब दी गल करनी, पंजाब दे मुद्दियां दी गल करनी, तां सानूं इह फैसला लैणा पिया कि असी आप इस मैदान दे विच उतरीए तां कि लोकां नूं जागरूक किया जा सके कि 24 साल जसवंत सिंह खालड़ा दे चक्के जाण तों बाद भी इत्थे कोई गल नहीं हुई, तो अज की डेट दे विच पंजाब दे विचों पंजाब दा मुद्दा इन्होंने टोटली गायब कर दिता। असी चाहते हैं कि स जो भी डायसपोरा दे विच तुसी किते भी कितों दे भी पंजाब दे किसी भी सूबे दे विचों आए हो, अपने रिश्तेदारां नूं फोन करो या फिर तुसी सोशल मीडिया दे थ्रू या दूसरे मीडिया दे थ्रू लोकां नूं अवेयर करो कि पंजाब नूं बचाउणा बहुत जरूरी है, तो पंजाब दे विच एक तीजी धिर कायम करनी जो एक सुहिरद जिहड़ी धिर होवे जिहड़ी पंजाब दे मसलियां नूं पंजाब दे विच भी ते नैशनल लैवल दे उत्ते भी जिहड़ी आ उह उठा सके। सो इस दे विच तुहाडा सारयां दा रोल है, असी यह नहीं कह सकते कि एक परिवार का ही रोल होगा या एक पार्टी का ही रोल होगा, इस दे विच हर बंदा जो पंजाब दे लई सोचता है पंजाब की बेहतरी लई सोचता है उन्हां दी अपनी अपनी जिम्मेवारी है, तो आपो अपनी जिहड़ी तुसी जिम्मेवारी उह समझो ते उह निभाओ। बस इन्नी कहिंदी जी खिमा दी जाचकां, वाहिगुरू जी का खालसा वाहिगुरू जी की फतेह। उस परिवार का उस सारे ही परिवार का खालड़ा मिशन जिन्हां ने शुरू किया अते शहादत दित्ती सूरा सो पहचानी है जो लड़े दीन के हेत पुरजा पुरजा कट मरे पर कबू ना छाड़े खेत। बोलो सोनिहाल, बोले भारत के संविधान के अपनी अहम भूमिका निभाने वाले डॉक्टर भीम राव अंबेडकर की 128वीं जन्म शताब्दी बड़े ही हर्षोल्लास नाल गुरु रविदास टैंपल न्यूयॉर्क विखे मनाई गई, जिथे उन्होंने ग्रेट ग्रैंड सन पहुँचे सन राज रतन अंबेडकर की कुछ संबोधन करते हुए वो नज़र आए। आओ वेखते हैं साढ़े डायरैक्टर ब्रॉडकास्टिंग दीपक धीमान की यह रिपोर्ट। भारतीय संविधान रचयिता बाबा साहब डॉक्टर अंबेडकर जी के 128वें जन्मदिन के उत्ते सारी संगत श्री गुरुदास सभा न्यूयॉर्क प्रबंधक कमेटी ट्रस्ट कमेटी ते बेगमपुरा कल्चर सोसायटी के माध्यम तो समुची ट्राई स्टेट की संगत के सहयोग नाल आप जी ने पता है कि अज आप जन्मदिन मना रहे हैं, जिस दे साडे अज खासियत तौर पर बाबा साहब जी के पड़पोते जी मिस्टर राज रतन अंबेडकर जी गुरु घर के नतमस्तक हो रहे हैं, उन्होंने नाल प्रबंधक कमेटी सज्जन बाबा साहब जी दे एक अंश नो आप जी दे रूप हो कराउण विच सफल होया अते असी बहुत कोशिशां तो बाद राज रतन अंबेडकर जी नू इत्थे बुलाया है ते असी इन्हां दा आउण दा असी गुरु घर दी प्रबंधक कमेटी अते बेगमपुरा कर सट दे आप सब संगत वलों राज रतन जी दा वेलकम करदे हां। अज मुझे तहे दिल से बहुत खुशी हो रही है, मैं इंडिया में भारत में अलग अलग राज्यों में सभी राज्यों में मैं जाता हूँ और वहाँ पर मैं बाबा साहब अंबेडकर जी का महत्व बाबा साहब अंबेडकर जी का इम्पोर्टेंस वहाँ के लोगों को समझाता हूँ और समझाते हुए एक बात हमेशा कहता हूँ कि बाबा साहब अंबेडकर जी का बर्थ एनिवर्सरी बाबा साहब अंबेडकर की जयंती पूरा विश्व मनाता है, पूरा विश्व मनाता है। शायद हमारे भारत के अलग अलग राज्यों के लोगों को बाहर आने का मौका नहीं मिलता तो उनको पता नहीं कि बाबा साहब अंबेडकर जी की जयंती कहाँ कहाँ मनाई जाती है, लेकिन जो बात मैं वहाँ पर किया करता था आज उसी बात का एक एक्सपीरियंस मुझे यहाँ पर गुरु रविदास सभा ऑफ न्यूयॉर्क इन्होंने उपलब्ध कराया। मैं गुरु रविदास सभा ऑफ न्यूयॉर्क के सभी पदाधिकारियों का और खासकर मैं सहाय जी का हरदेव सहाय जी का जिन्होंने मुझे यहाँ पर आमंत्रित किया, हेमंत सुटे जी का जिन्होंने मुझे जलंधर के प्रोग्राम में बुलाया और आप लोगों से मुलाकात करवाई, मैं आप लोगों का तहे दिल से शुक्रिया करता हूँ। बाबा साहब की सही संपत्ति क्या है पता है? आज भारत में जो IAS तैयार हो रहे हैं
IPS हो रहे हैं, डॉक्टर हो रहे हैं, इंजीनियर हो रहे हैं, और आप लोग, ये है बाबा साहब की सही संपत्ति, ये कमाया है बाबा साहब ने। आज बाबा साहब की न्यूयॉर्क में आप लोग जयंती मनाते हो, आप हो बाबा साहब के सही मायने में संपत्ति, ये बाबा साहब ने कमाया। मैं यहाँ पर, आप लोगों ने मुझे बाबा साहब का वंशज होने के नाते यहाँ पर बुलाया है, लेकिन मैं बाबा साहब का वंशज नहीं हूँ। बाबा साहब के बताए हुए मार्ग पर चलने वाला हर एक व्यक्ति बाबा साहब का वंशज है। बाबा साहब ने हमको समय नहीं दिया, परिवार को समय नहीं दिया, बाबा साहब ने सबसे ज्यादा समय आप लोगों को दिया, समाज को दिया। अंबेडकर वाद में आप लोगों को समझाता हूं क्या है, क्या है अंबेडकर वाद। हम लोगों ने, भारत के लोगों ने बाबा साहब अंबेडकर जी के मूवमेंट को सिर्फ पॉलिटिक्स तक ही सीमित करके रखा हुआ है, सिर्फ पॉलिटिक्स, राजनीति तक ही हमने बाबा साहब को सीमित करके रखा है। हम बाबा साहब अंबेडकर जी को राजनीति से बाहर निकालकर बाबा साहब की आर्थिक मूवमेंट, इकोनॉमिकल मूवमेंट, बाबा साहब की सोशल मूवमेंट, बाबा साहब की रिलीजियस मूवमेंट, बाबा साहब की एजुकेशनल मूवमेंट, इन सारी मूवमेंट्स को हम लोगों को खड़ा करना हो। जो बोले सो निहाल सश्री, जो बोले सो नृपय, सतगुरुदास महाराज की जय। सम्मानित करते हुए गोल्ड मैडल सम्मान दिता जाए, सब तो पहला प्लैक दी जाए प्लीज। जो बोले सो निहाल सश्रीकाल, जो बोले सो नृपय, सतगुरुदास महाराज की जय। जय प्रेम जय भारत। हुण मैं बेनती करांगा कमाम जी हुणे अशोक जी हुणे गोल्ड मैडल दे नाल समाप्त कर। जय प्रेम जय प्रेम जय प्रेम जय प्रेम जय भारत। साढ़े एक सदे ते बाबा साहब अंबेडकर जी दे परिवार दे रोशनी चिराग श्री राज रत्न अंबेडकर जी साढ़े एक निके जे सदे ते इस अमेरिका की धरती ते आए। असी, मैं अपनी पूरी कमेटी अते आप समूह साध संगत वालों उन्हां दा तह दिलों दिल दियां गहराइयां तो धन्नवाद करदा हाँ। खालसा सिरजना दिवस मौके वर्जीनिया विखे वख वख गुरद्वारा साहिबाना दे विच प्रोग्राम उसारे गए, जिथे संगतां निहाल हुईयां। आओ की कुछ कैद होया साडे कैमरे दे विच वेखदे हां सरमक सिंह मणकू दी ए रिपोर्ट। वैसाख धीरन क्यों वाडियां, जिन्ना प्रेम विशो हर साजन पुरख विसार कै लगी माया तो। सिख लर्निंग सेंटर गुरुद्वारा गुरशब्द प्रकाश ग्लैन बर्नी मैरीलैंड विखे विसाखी का दिहाड़ा बड़ी धूमधाम नाल खालसे का प्रगट दिहाड़ा मनाया गया। सो बड़ी दूरों नेड़ों चल के संगतां ने इत्थे हाजरियां भरियां। थोड़ा चिर पहला ही गुरद्वारा साहब की इत्थे ओपनिंग हुई है, बड़े प्यार वाले सज्जन रल मिल के सेवा कर रहे हैं। विसाखी अते खालसा सिरजन दिवस की सब नूं बहुत बहुत वधाई दिंदा हाँ। वाहेगुरू सिख पंथ नूं चढ़दी कला बख्शे। 13 अप्रैल नूं दरबार साहब के नज़दीक, बिल्कुल नज़दीक जो जलियांवाला बाग है, उस विच बहुत वड्डा खूनी साका होया सी। तो उस विच बहुत हिंदू सिख मुसलमान शहीद हो गए सन। सो इस साल उस साके की 100वीं वरेगंढ है। उस वेले दे पजारी बात ते चोट करनी सी कि जिन्हों छोटी जाता कहने हो मैं इन्हों अपना भाई बनावांगा कर लूंगी। वाहिगुरु जी का खालसा वाहिगुरु जी की फतेह। देशों विदेशों विच वस रही समूह सिख संगत नूं गुरु नानक देव जी और खालसा साजना दिवस दियां लख लख वधाइयां। और इस संबंध दे विच ही भाई साहब भाई रणजीत सिंह जी ढड्डियां वाले जो कि उचेते तौर पर इंडिया तो ग्लैन बर्नी बाल्टीमोर विखे सिख लर्निंग सेंटर विखे पहुँचे। तो बड़ी खुशी हुई है अज, क्योंकि अस इत भाई रणजीत सिंह जी ढड्डियां वाले जोड़े पहुँचे हुए सन, उन्होंने संगतान खालसा दे खालसा साजना दिवस के संबंधी ये दस्या भी खालसा होंदा की है, खालसे के की संदेश। बहुत ही उन्होंने सुचजे ढंग संगतान दसिया, उन्होंने साकार रूप दिता।
ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੱਸੀਏ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕੀ ਸੋਚ ਸੀ, ਜੋ ਡੈਮੋਕਰੈਟਿਕ ਸਿਸਟਮ ਦਾ ਅੱਜ ਅਸੀਂ ਸੁੱਖ ਮਾਣ ਰਹੇ ਹਾਂ, ਉਹਨਾਂ ਨੇ ਡਿਕਟੇਟਰਸ਼ਿਪ ਦੇ ਵਿੱਚ ਰਹਿੰਦਿਆਂ ਇਹ ਆਵਾਜ਼ ਬੁਲੰਦ ਕਰਕੇ ਕੌਮ ਨੂੰ, ਸਮਾਜ ਨੂੰ, ਦੁਨੀਆ ਨੂੰ ਇਹ ਸੁਨੇਹਾ ਦਿੱਤਾ। ਸੋ ਸਾਰਿਆਂ ਨੂੰ ਵਿਸਾਖੀ ਦੇ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਜਸ ਪੰਜਾਬੀ ਚੈਨਲ ਵਾਲੇ ਵੀਰ ਇੱਥੇ ਆਏ ਹੈ, ਉਹਨਾਂ ਨੇ ਸਾਰੀ ਕਵਰੇਜ ਕੀਤੀ ਹੈ, ਸਾਰੀ ਟੀਮ ਦਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਬੇਨਤੀ ਕਰਾਂਗਾ, ਅੰਮ੍ਰਿਤ ਛਕੋ, ਸਿੰਘ ਸਜੋ, ਵਿਸਾਖੀ ਦੇ ਦਿਹਾੜੇ 'ਤੇ ਅਸੀਂ ਇੱਥੇ ਅਸੀਂ ਸਿੱਖ ਲਰਨਿੰਗ ਸੈਂਟਰ ਗਲੈਨਬਰੀ ਮਾਲਟੀਮੋਰ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਅਸੀਂ ਹਾਜ਼ਰੀਆਂ ਭਰੀਆਂ ਹਨ, ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਡੇ ਸਤਿਕਾਰਯੋਗ ਬਾਬਾ ਜੀ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਪੈਸ਼ਲ ਤੌਰ 'ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਅੱਜ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ ਹੈ। ਅਤੇ ਨਾਲ ਦੀ ਨਾਲ ਜਿਹੜਾ ਵਿਚਾਰ ਕੀਤਾ ਹੈ ਕਿ ਜਿਹੜਾ ਅਸੀਂ ਬਲਾਈਂਡ ਫੇਥ ਕੈਨ ਸੈਟਲ ਵਾਸ਼ਿੰਗਟਨ ਵਿਖੇ ਵਿਸਾਖੀ ਅਤੇ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਵਜੋਂ ਮਨਾਇਆ ਜਾਏ, ਇਸ ਕਰਕੇ ਮਤਾ ਪਾਇਆ ਗਿਆ, ਜਿਸ ਵਿੱਚ ਪਹੁੰਚੇ ਕਈ ਮੰਨੇ ਪ੍ਰਪੰਨੇ ਸਿੱਖ ਕੌਮ ਦੇ ਪੈਰੋਕਾਰ, ਜਿਨ੍ਹਾਂ ਨੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ। ਆਓ ਵੇਖਦੇ ਹਾਂ ਇਹ ਰਿਪੋਰਟ। ਅਤੇ ਫਿਲਹਾਲ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਆਂ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਹੇਠ ਲਿਖੀ ਈਮੇਲ ID ਦੇ ਉੱਤੇ, info@jasbroadcasting.com, harkirat@jasbroadcasting.com ਦੇ ਉੱਤੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਭੇਜੀ ਹੋਈ ਖਬਰਾਂ ਨੂੰ ਅਸੀਂ ਚਲਾਵਾਂਗੇ ਅਤੇ ਤੁਹਾਡੇ ਨਾਮ ਨੂੰ ਦਰਸਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਂ ਹੈ ਜਸ ਕੈਮਰੇ ਦੀ ਨਜ਼ਰ। ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।